ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਲੋਕ ਸਭਾ ਹਲਕਾ ਜਲੰਧਰ ਤੋਂ PDA ਦੇ ਉਮੀਦਵਾਰ ਬਲਵਿੰਦਰ ਕੁਮਾਰ ਦੇ ਹੱਕ ਵਿੱਚ ਪਿੰਡ ਪਾਸਲਾ ਵਿਖੇ ਮੀਟਿੰਗ ਹੋਈ, ਜਿਸ ਦੌਰਾਨ ਉਮੀਦਵਾਰ ਬਲਵਿੰਦਰ ਕੁਮਾਰ ਨੇ ਬੋਲਦਿਆਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਭਾਜਪਾ ਦੀਆਂ ਸਰਕਾਰਾਂ ਵੱਲੋਂ ਹਰੇਕ ਵਰਗ 'ਤੇ ਤਸ਼ੱਦਦ ਕੀਤਾ ਗਿਆ ਹੈ। ਉਹਨਾਂ 19 ਮਈ ਵਾਲੇ ਦਿਨ ਹਾਥੀ ਵਾਲਾ ਬਟਨ ਦਬਾ ਕੇ ਉਹਨਾਂ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ। ਇਸ ਮੌਕੇ ਬੋਲਦਿਆਂ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਸਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ। ਕਾਂਗਰਸ ਸਰਕਾਰ ਹਮੇਸ਼ਾ ਝੂਠੇ ਲਾਰੇ ਲਾ ਕੇ ਹੀ ਹੋਂਦ ਵਿੱਚ ਆਈ ਹੈ। ਇਹਨਾਂ ਦੋਨਾਂ ਸਰਕਾਰਾਂ ਨੂੰ ਸੱਤਾ ਤੋਂ ਦੂਰ ਕਰਨ ਲਈ ਉਹਨਾਂ PDA ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਗਿਰਧਾਰੀ ਲਾਲ, ਬੂਟਾ ਲਾਲ ਪਾਸਲਾ, ਜੋਗਾ ਸਿੰਘ, ਲਾਲਚੰਦ ਔਜਲਾ, ਸੁਖਵਿੰਦਰ ਬਿੱਟੂ, ਅਮਰਿਤ ਪੌਂਸਲੇ, ਪਰਮਜੀਤ ਰੰਧਾਵਾ, ਜਸਵਿੰਦਰ ਟੇਸੀ ਤੋਂ ਇਲਾਵਾ PDA ਦੀ ਸੀਨੀਅਰ ਲੀਡਰਸ਼ਿਪ ਅਤੇ ਇਲਾਕੇ ਦੇ ਲੋਕ ਹਾਜ਼ਰ ਸਨ। ਅੱਜ ਇੱਥੇ ਪਿੰਡ ਪਾਸਲਾ, ਜੋ ਕਿ ਲੋਕ ਸਭਾ ਜਲੰਧਰ ਦਾ ਪਿੰਡ ਆ, ਇੱਥੇ ਇੱਕ ਵਿਸ਼ੇਸ਼ ਮੀਟਿੰਗ ਹੈਗੀ ਕੀਤੀ ਗਈ ਪਿੰਡ ਦੇ ਵਾਸੀਆਂ ਵੱਲੋਂ, ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਸਾਡੇ PDA ਦੇ ਆਗੂ ਸ਼੍ਰੀ ਮੰਗਤ ਰਾਮ ਪਾਸਲਾ ਜੀ ਪਹੁੰਚੇ ਹਨ ਲੋਕਾਂ ਨੂੰ ਸੰਬੋਧਿਤ ਕਰਨ ਲਈ, ਔਰ ਉਹਨੇ ਮੇਰੇ ਹੱਕ ਦੇ ਵਿੱਚ ਅਪੀਲ ਕੀਤੀ, ਔਰ ਮੇਰੇ ਵੱਲੋਂ ਵੀ ਸਾਰੇ ਸਾਥੀਆਂ ਨੂੰ ਅਪੀਲ ਕੀਤੀ ਗਈ ਵੀ ਆਪਾਂ ਵੱਧ ਤੋਂ ਵੱਧ PDA ਨੂੰ ਜਿਹੜਾ ਵੋਟਾਂ ਪਾ ਕੇ ਆਪਾਂ ਜਿਤਾਈਏ, ਔਰ ਲੋਕਾਂ ਦਾ ਬਹੁਤ ਵਧੀਆ ਭਰਮਾ ਹੁੰਗਾਰਾ ਮੈਨੂੰ ਦਿੱਤਾ ਗਿਆ, ਮੈਂ ਉਸ ਦੇ ਲਈ ਬਹੁਤ ਸਾਰੇ ਹੀ ਸਾਡੇ ਬੂਟਾ ਸਿੰਘ ਐਡਵੋਕੇਟ ਜੀ ਜੋ RMPA ਦੇ ਆਗੂ ਹਨ, ਸਾਡੇ ਬਿੱਟੂ ਸੁਖਵਿੰਦਰ ਬਿੱਟੂ ਜੀ ਜੋ ਹਲਕਾ ਫਲੋਰ ਤੋਂ BSP ਪ੍ਰਧਾਨ ਆ, ਔਰ ਹੋਰ ਸਾਰੇ ਵਰਕਰ ਪਹੁੰਚੇ, ਮੈਂ ਉਹਨਾਂ ਸਾਰਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ।